ਹੈਲੋ एवरीवन ਕੀ ਤੁਸੀਂ ਫਸਟ ਅਟੈਂਪਟ ਵਿੱਚ ਆਇਲਸ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਹੈ ਐਂਡ ਤੱਕ ਜ਼ਰੂਰ ਦੇਖਣਾ ਕਿਸ ਤਰ੍ਹਾਂ ਦਾ ਇੰਸਟੀਟਿਊਟ ਤੁਹਾਨੂੰ ਜੁਆਇਨ ਕਰਨਾ ਚਾਹੀਦਾ ਹੈ ਫॉर ਆਇਲਸ ਫॉर ਪੀਟੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਇਨ੍ਹਾਂ ਚੀਜ਼ਾਂ ਦੇ ਆਨਸਰਸ ਜ਼ਰੂਰ ਦਵਾਂਗਾ ਨੰਬਰ 1 ਬਹੁਤ ਸਾਰੇ ਆਇਲਸ ਇੰਸਟੀਟਿਊਟ 6 ਤੋਂ 9 ਬੈਂਡ ਦੀ ਗਾਰੰਟੀ ਦੇ ਰਹੇ ਨੇ ਮਾਰਕੀਟ ਦੇ ਵਿੱਚ ਕੀ ਕਰਦੇ ਨੇ ਬੱਚੇ ਤੋਂ ਵੱਧ ਪੈਸੇ ਵਸੂਲ ਕਰ ਲੈਂਦੇ ਨੇ ਇੱਕ ਸਟੂਡੈਂਟ ਮੇਕੋ ਲਾਸਟ ਵੀਕ ਆਇਆ ਉਸਨੇ 15000 ਪਰ ਮੰਥ ਦੇ ਹਿਸਾਬ ਨਾਲ 4 ਮਹੀਨੇ ਜਗਰਾਉਂ ਦੇ ਵਿੱਚ ਇੱਕ ਇੰਸਟੀਚਿਊਟ ਤੇ 6 ਟੂ 9 ਬੈਂਡ ਗਰੰਟੀ ਦੇ ਵਿੱਚ ਦਿੱਤੇ ਉਹਨੇ ਐਗਜ਼ਾਮ ਦਿੱਤਾ ਐਗਜ਼ਾਮ ਦੇ ਵਿੱਚੋਂ 6 ਬੈਂਡ ਇੱਕ ਚੋਂ ਆਏ ਬਾਕੀ ਚੋਂ 5.5 ਬੈਂਡ ਆਏ ਜਦੋਂ ਉਸਨੇ ਮੈਨੇਜਮੈਂਟ ਨੂੰ ਪੁੱਛਿਆ ਕਿ ਮੇਰੀ ਫੀਸ ਵਾਪਸ ਕਰੋ ਤੁਹਾਡਾ ਪ੍ਰੋਮਿਸ ਕੰਪਲੀਟ ਨਹੀਂ ਹੋਇਆ ਤਾਂ ਉਹ ਕਹਿੰਦੇ 6 ਬੈਂਡ ਇੱਕ ਚੋਂ ਆ ਗਏ ਤੁਹਾਨੂੰ ਪੈਸੇ ਵਾਪਸ ਨਹੀਂ ਮਿਲਣਗੇ ਸੋ ਇਸ ਤਰ੍ਹਾਂ ਦੇ ਦਾਅਵਿਆਂ ਤੋਂ ਜ਼ਰੂਰ ਬਚੋ ਸੈਕਿੰਡ ਜਿਹੜੀ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਬਹੁਤ ਸਾਰੇ ਹਾਲ ਸੈਂਟਰ ਦੇ ਦਾਵਾ ਕਰਦੇ ਨੇ ਏਰੀਆ ਦਾ ਬੈਸਟ ਸੈਂਟਰ 9 ਬੈਂਡ ਵਾਲਾ ਸੈਂਟਰ ਸੋ ਇਹ ਸਾਰੇ ਮਾਰਕੀਟਿੰਗ ਟ੍ਰਿਕਸ ਨੇ ਇਹਨਾਂ ਤੋਂ ਜ਼ਰੂਰ ਬਚਿਆ ਜਾਵੇ ਥਰਡ ਜਿਹੜੀ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਬਹੁਤ ਅਹਿਮ ਹੈ ਗੌਰ ਨਾਲ ਸੁਣੀਓ ਕੁਝ ਸੈਂਟਰ ਪੰਜਾਬ ਦੇ ਵਿੱਚ ਦਾਵਾ ਕਰਦੇ ਆ ਕਿ ਉਹ ਆਇਲਸ ਦਾ ਪੇਪਰ ਲੀਕ ਕਰਦੇ ਆ ਇਸ ਚੀਜ਼ ਦੇ ਰੂਮਰ ਦੇ ਨਾਲ ਉਹ ਬਹੁਤ ਸਾਰੇ ਸਟੂਡੈਂਟਸ ਨੂੰ ਅਟਰੈਕਟ ਕਰ ਰਹੇ ਨੇ ਬੱਚਿਆਂ ਨੂੰ ਇਹ ਹੁੰਦਾ ਹੈ ਕਿ ਸਾਡੇ ਕੋਲੇ ਜੀ ਆਇਲਸ ਤਾਂ ਵੈਸੇ ਕਲੀਅਰ ਨਹੀਂ ਹੋ ਰਿਹਾ ਤਾਂ ਇਦਾਂ ਸਾਡਾ ਆਇਲਸ ਕਲੀਅਰ ਹੋ ਜਾਵੇਗਾ ਮੈਂ ਸਪੈਸ਼ਲ ਕਹਾਂਗਾ ਸਟੂਡੈਂਟਸ ਨੂੰ ਔਰ ਉਹਨਾਂ ਦੇ ਪੇਰੈਂਟਸ ਨੂੰ ਇਸ ਤਰ੍ਹਾਂ ਦੇ ਦਾਅਵਿਆਂ ਤੋਂ ਬਚੋ ਇਹ ਖੋਖਲੇ ਦਾਅਵੇ ਨੇ ਆਈਡੀਪੀ ਇੱਕ ਬਹੁਤ ਰਿਸਪੈਕਟੇਬਲ ਆਰਗੇਨਾਈਜੇਸ਼ਨ ਹੈ ਇਦਾਂ ਉਹਨਾਂ ਦੇ ਪੇਪਰ ਲੀਕ ਨਹੀਂ ਹੁੰਦੇ ਇੱਕ ਸਟੂਡੈਂਟ ਮੇਰੇ ਕੋਲ ਆਇਆ ਉਸਨੇ 2.5 ਲੱਖ ਇੱਕ ਇੰਸਟੀਚਿਊਟ ਨੂੰ ਦਿੱਤਾ ਜਗਰਾਉਂ ਦੇ ਵਿੱਚ ਆਇਲਸ ਕਲੀਅਰ ਕਰਵਾਉਣ ਦਾ ਉਸਦਾ ਆਇਲਸ ਕਲੀਅਰ ਨਹੀਂ ਹੋਇਆ ਹਾਲੇ ਤੱਕ ਉਸਦੇ ਉਹ ਪੈਸੇ ਵਾਪਸ ਨਹੀਂ ਹੋਏ ਔਰ ਉਹ ਹਾਲ ਤੱਕ ਉਹਨਾਂ ਦੇ ਮਗਰ ਫਿਰ ਰਿਹਾ ਸੋ ਮੈਂ ਸਾਰੇ ਸਟੂਡੈਂਟਸ ਨੂੰ ਕਹਾਂਗਾ ਇਦਾਂ ਦੀਆਂ ਮਿਸਕਨਸੈਪਸ਼ਨਸ ਤੋਂ ਮਿਸ ਰਿਪਰੈਜ਼ੈਂਟੇਸ਼ਨਸ ਤੋਂ ਬਚੋ 2.5 3-3 ਲੱਖ ਦੇਣ ਦੇ ਨਾਲੋਂ ਤੁਸੀਂ ਅਗਰ ਦੋ ਮਹੀਨੇ ਵੀ ਕਿਸੇ ਅਚੇ ਹਾਇਲਸ ਇੰਸਟੀਚਿਊਟ ਤੇ ਲਗਾ ਲੈਣੇ ਹੋ ਤੁਹਾਡੇ ਸਕਿੱਲਸ ਡਵੈਲਪ ਹੋਣਗੇ ਸਕਿੱਲਸ ਡਵੈਲਪ ਹੋ ਗਏ ਤਾਂ ਤੁਸੀਂ ਬਾਹਰ ਅਬਰਾਡ ਦੇ ਵਿੱਚ ਜੌਬ ਵੀ ਲੈ ਪਾਓਗੇ ਤੁਹਾਡੀ ਪਰਸਨੈਲਿਟੀ ਡਵੈਲਪ ਹੋਏਗੀ ਆਨ ਵਾਲੇ ਟਾਈਮ ਦੇ ਵਿੱਚ ਇਮਪਲੋਇਬਿਲਟੀ ਵੀ ਵਧੇਗੀ ਪਲੱਸ ਤੁਸੀਂ ਕੋਈ ਇੰਟਰਵਿਊ ਆਂਦੀ ਹੈ ਯੂਨੀਵਰਸਿਟੀ ਦੀ ਉਹ इजीली ਕ੍ਰੈਕ ਕਰ ਸਕਦੇ ਹੋ ਇਨਸਟੈਡ ਆਫ ਸ਼ਾਰਟਕਟ ਲੱਭਣ ਤੋਂ ਤੁਸੀਂ ਆਪਣੇ ਸਕਿੱਲਸ ਦੇ ਵਿੱਚ ਇਨਵੈਸਟ ਕਰੋ ਕੋਈ ਅੱਛਾ ਹਾਇਲਸ ਇੰਸਟੀਚਿਊਟ ਲੱਭੋ ਆਪਣੇ ਸਕਿੱਲਸ ਨੂੰ ਡਵੈਲਪ ਕਰੋ ਫੋਰਥ ਜਿਹੜੀ ਚੀਜ਼ ਮੈਂ ਦੱਸਣਾ ਚਾਹਾਂਗਾ ਉਹ ਇਹ ਹੈ ਬਹੁਤ ਸਾਰੇ ਸੈਂਟਰਸ ਤੇ ਅਗਰ ਕੋਈ ਬੱਚਾ 6 ਬੈਂਡ ਲੈ ਲੈਂਦਾ ਹੈ 6.5 ਲੈ ਲੈਂਦਾ ਉਸ ਨੂੰ ਹੀ ਟਰੇਨਰ ਹਾਇਰ ਕਰ ਲਿੱਤਾ ਜਾਂਦਾ ਹੈ ਮਤਲਬ ਕਿ ਬੱਚੇ ਹੀ ਬੱਚਿਆਂ ਨੂੰ ਪੜਾ ਰਹੇ ਨੇ ਐਂਡ ਰਿਜ਼ਲਟ ਕੀ ਹੁੰਦਾ ਹੈ ਜਿਸ ਖੁਦ 6 ਬੈਂਡ ਨੇ ਉਹ ਅੱਗੇ 7 ਜਾਂ 7.5 ਔਰ 8 ਦੀ ਤਿਆਰੀ ਨਹੀਂ ਕਰਵਾ ਸਕਦਾ ਸੋ ਇਹ ਚੀਜ਼ਾਂ ਮੇਕ ਸ਼ੁਰ ਕਰੋ ਤੁਹਾਡਾ ਆਇਲਸ ਇੰਸਟੀਚਿਊਟ ਕਿਦਾਂ ਦਾ ਹੋਣਾ ਚਾਹੀਦਾ ਹੈ ਫਸਟ ਇੰਸਟੀਚਿਊਟ ਦੇ ਆਨਰ ਦੀ ਐਜੂਕੇਸ਼ਨਲ ਹਿਸਟਰੀ ਹੋਣੀ ਬਹੁਤ ਜ਼ਰੂਰੀ ਹੈ ਪੜਿਆ ਲਿਖਿਆ ਆਨਰ ਹੋਏਗਾ ਅੱਛਾ ਸਟਾਫ ਹਾਇਰ ਕਰੇਗਾ ਅੱਛਾ এনवायरमेंट ਮੇਨਟੇਨ ਹੋਏਗਾ ਉਸ ਦੀ ਹਿਸਟਰੀ ਟਰੈਕ ਕਰੋ ਦੇਖੋ ਕਿ ਉਸ ਨੂੰ ਖੁਦ ਉਸ ਦੀ ਪ੍ਰੋਨੰਸੀਏਸ਼ਨ ਅੱਛੀ ਹੈ ਐਕਸਪੀਰੀਅੰਸ ਹੈ ਜਾਂ ਨਹੀਂ ਹੈ ਸੈਕਿੰਡ ਐਜੂਕੇਸ਼ਨਲ এনवायरमेंट ਹੋਣਾ ਬਹੁਤ ਜ਼ਰੂਰੀ ਹੈ ਮੈਂ ਹੁਣ ਪੀ ਐਚ ਡੀ ਕਰ ਰਿਹਾ ਆਈ ਡਿਡ ਮਾਈ ਮਾਸਟਰਸ ਫਰਮ ਹੰਬਰ ਕਾਲਜ ਟੋਰਾਂਟੋ ਇਸ ਪੜ੍ਹਾਈ ਤੋਂ ਬਾਅਦ ਮੈਨੂੰ ਇਹ ਅਹਿਸਾਸ ਹੋਇਆ ਹੈ ਕਿ এনवायरमेंट ਹੋਣਾ ਬਹੁਤ ਜ਼ਰੂਰੀ ਹੈ ਐਜੂਕੇਸ਼ਨਲ এনवायरमेंट ਭਗਤੀ ਕਰਨੀ ਹੋਵੇ ਤਾਂ ਵੀ এনवायरमेंट ਦੀ ਜ਼ਰੂਰਤ ਪੈਂਦੀ ਹੈ ਪੜ੍ਹਾਈ ਕਰਨੀ ਹੋਵੇ ਫਿਰ ਵੀ এনवायरमेंट ਦੀ ਜ਼ਰੂਰਤ ਪੈਂਦੀ ਹੈ ਅਗਰ ਕਿਸੇ ਸੈਂਟਰ ਤੇ ਮੋਸਟਲੀ ਦੇਖਿਆ ਗਿਆ ਹੈ ਕਿ ਮੁੰਡੇ ਕੁੜੀਆਂ ਖੱਪਾ ਪਾ ਰਹੇ ਨੇ ਮੋਬਾਈਲ ਯੂਜ਼ ਕਰ ਰਹੇ ਨੇ ਪੜ੍ਹਾਈ ਵਾਲਾ ਐਬਸਟ੍ਰੈਕਟ ਗਾਇਬ ਹੋ ਜਾਂਦਾ ਹੈ ਤਾਂ ਆਪਣਾ ਆਇਲ ਸੈਂਸਿਟਿਊਟ ਇਦਾਂ ਦਾ ਸਿਲੈਕਟ ਕਰੋ ਜ਼ੀਰੋ ਸਾਇਲੈਂਸ ਹੋਵੇ ਪੂਰਾ ਮੈਨੇਜਮੈਂਟ ਦਾ ਕੰਟਰੋਲ ਹੋਵੇ ਪ੍ਰੋਪਰ ਹਾਈਲੀ ਟ੍ਰੇਨਡ ਤੁਹਾਡੇ ਟ੍ਰੇਨਰਸ ਹੋਣੇ ਚਾਹੀਦੇ ਨੇ 6 6 ਬੈਂਡ ਵਾਲੇ ਬੱਚੇ ਹੀ ਤੁਹਾਨੂੰ ਨਾ ਪੜਾ ਰਹੇ ਹੋਣ ਕੁਆਲੀਫਾਈਡ ਟ੍ਰੇਨਰਸ ਹੋਣ ਹੁਣ ਵੈਨਿਓਰ ਇੰਗਲਿਸ਼ ਤੇ ਅਗਰ ਗੱਲ ਕਰੀਏ ਤਾਂ ਸਾਡੇ ਕੋਲ ਐਮਏ ਇੰਗਲਿਸ਼ ਐਮਫੀਲ ਇੰਗਲਿਸ਼ ਪੀਐਚਡੀ ਇੰਗਲਿਸ਼ ਟ੍ਰੇਨਰਸ ਨੇ ਔਰ ਸਾਡਾ ਜਿਹੜਾ এনਵਾਇਰਨਮੈਂਟ ਹੈ ਸਾਡਾ ਜਿਹੜਾ ਮਾਹੌਲ ਹੈ ਉਸ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਇਸ ਲਈ ਸਾਡੇ ਸਟੂਡੈਂਟਸ ਮਹੀਨੇ-ਮਹੀਨੇ ਦੇ ਵਿੱਚ ਵੀ ਆਇਲਸ ਕਲੀਅਰ ਕਰ ਰਹੇ ਨੇ ਤੁਸੀਂ ਸਾਡੀ ਹਿਸਟਰੀ ਟਰੈਕ ਕਰ ਸਕਦੇ ਹੋ ਫੇਸਬੁੱਕ ਤੇ ਇੰਸਟਾਗ੍ਰam YouTube ਤੇ ਵੈਨਿਓਰ ਇੰਗਲਿਸ਼ ਭਰ ਕੇ ਸਾਡੇ ਰਿਜ਼ਲਟਸ ਦੇਖ ਸਕਦੇ ਹੋ ਇਸ ਤੋਂ ਇਲਾਵਾ ਤੁਹਾਡਾ ਸੈਂਟਰ ਜਿਹੜਾ ਵੀ ਹੋਵੇ ਦੇਖੋ ਇਹ ਇਹ ਵੀਡੀਓ ਕਿਸੇ ਵੀ ਸੈਂਟਰ ਦੇ ਅਗੇਂਸਟ ਨਹੀਂ ਹੈ ਨਾ ਹੀ ਕਿਸੇ ਇੰਸਟ੍ਰਕਟਰ ਦੇ অর ਇੰਡੀਵਿਜੂਅਲ ਦੇ ਅਗੇਂਸਟ ਹੈ ਸੋ ਮੈਂ ਇਹੀ ਕਹਾਂਗਾ ਕਿ ਝੂਠੇ ਦਾਅਵਿਆਂ ਤੋਂ ਖੋਖਲੇ ਦਾਅਵਿਆਂ ਤੋਂ ਮਿਸ ਰਿਪਰੈਜ਼ੈਂਟਸ ਤੋਂ ਬਚੋ ਤਾਂ ਕਿ ਤੁਸੀਂ ਮਹੀਨੇ ਵਿੱਚ ਆਲਸ ਕਲੀਅਰ ਕਰ ਸਕੋ ਇੱਕ ਡੇਢ 2 ਮਹੀਨੇ ਬਹੁਤ ਹੁੰਦੇ ਨੇ ਆਲਸ ਦੇ ਵਿੱਚ ਬੱਚੇ 6 6 8 8 ਮਹੀਨੇ ਕਈ ਸੈਂਟਰਸ ਤੇ ਬੈਠੇ ਨੇ ਹੁੰਦਾ ਕੀ ਹੈ ਬੇਸਿਕਸ ਕਮਜ਼ੋਰ ਹੁੰਦੇ ਆਲਸ ਦੇ ਵਿੱਚ ਬਿਠਾ ਦਿੱਤਾ ਜਾਂਦਾ ਤਾਂ ਉਹ ਕਲੀਅਰ ਨਹੀਂ ਕਰ ਪਾਉਂਦੇ ਅਸੀਂ ਕੀ ਕਰਦੇ ਹਾਂ ਅਸੀਂ ਤੁਹਾਡਾ ਅਨਾਲਿਸਿਸ ਕਰਦੇ ਹਾਂ ਡੈਮੋ ਅਗਰ ਸਾਡੇ ਕੋਈ ਆਂਦਾ ਹੈ ਸੈਂਟਰ ਤੇ ਡੈਮੋ ਲੈਂਦਾ ਉਹ ਸਾਡਾ ਡੈਮੋ ਨਹੀਂ ਲੈਂਦਾ ਅਸੀਂ ਉਹਦਾ ਡੈਮੋ ਲੈਂਦੇ ਹਾਂ ਸਟੂਡੈਂਟ ਦਾ ਅਸੀਂ ਉਸਦੀ ਕਾਬਲੀਅਤ ਪਰਖਦੇ ਹਾਂ ਸਾਡਾ ਇੱਕ ਡਾਇਗਨੋਸਟਿਕ ਟੈਸਟ ਹੈ ਵੈਨ ਯੂਅਰ ਇੰਗਲਿਸ਼ ਤੇ ਦੋ ਸੈਂਟਰਸ ਨੇ ਇੱਕ ਬੱਸ ਸਟੈਂਡ ਦੇ ਨੇੜੇ ਐਸ ਬੀ ਆਈ ਬੈਂਕ ਦੇ ਸਾਹਮਣੇ ਤਹਿਸੀਲ ਰੋਡ ਇੱਕ ਰਾਇਕੋਟ ਰੋਡ ਤੇ ਹੈ ਜਦੋਂ ਵੀ ਤੁਸੀਂ ਸਾਡੇ ਸੈਂਟਰ ਆਓਗੇ ਅਸੀਂ ਤੁਹਾਡਾ ਡਾਇਗਨੋਸਟਿਕ ਟੈਸਟ ਲਵਾਵਾਂਗੇ ਡਾਇਗਨੋਸਟਿਕ ਟੈਸਟ ਦੇ ਵਿੱਚ ਅਸੀਂ ਤੁਹਾਡਾ ਲੈਵਲ ਆਫ ਇੰਗਲਿਸ਼ ਤੁਹਾਡੀ ਇੰਗਲਿਸ਼ ਚ ਕੀ ਕਾਬਲੀਅਤ ਹੈ ਉਸ ਨੂੰ ਚੈੱਕ ਕਰਾਂਗੇ ਉਸ ਤੋਂ ਬਾਅਦ ਅਸੀਂ ਡਿਸਾਈਡ ਕਰਾਂਗੇ ਕਿ ਤੁਹਾਨੂੰ ਆਇਲਸ ਵਿੱਚ ਕਲਾਸ ਦੇਣੀ ਹੈ ਜਾਂ ਤੁਹਾਨੂੰ ਬੇਸਿਕ ਇੰਗਲਿਸ਼ ਜਾਂ ਬੇਸਿਕਸ ਆਫ ਇੰਗਲਿਸ਼ ਸੋ ਇਨੀਸ਼ੀਅਲੀ ਅਸੀਂ 5 ਡੇਜ਼ ਆਇਲਸ ਦੇ ਨਾਲ-ਨਾਲ ਬੇਸਿਕ ਇੰਗਲਿਸ਼ ਦਾ ਪੂਰਾ ਕੋਰਸ ਕਰਵਾਉਣੀ ਹੈ ਜਿਹਦੇ ਨਾਲ ਤੁਹਾਡੇ ਬੇਸਿਕਸ ਵੀ ਸਟਰੋਂਗ ਹੁੰਦੇ ਆ ਔਰ ਆਇਲਸ ਤੁਸੀਂ इजीली ਕ੍ਰੈਕ ਕਰ ਸਕਦੇ ਹੋ ਆਫਟਰ ਇੰਟੈਂਸਿਵ ਰਿਸਰਚ ਅਸੀਂ ਬਹੁਤ ਅੱਛਾ ਪ੍ਰੋਡਕਟ ਡਵੈਲਪ ਕੀਤਾ ਹੈ ਜਿਹਦੇ ਵਿੱਚ ਆਨਲਾਈਨ ਵੀ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਆਫਲਾਈਨ ਕਲਾਸਰੂਮ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਨਾਲ ਤੁਸੀਂ ਸਟੱਡੀ ਵਿੱਚ ਇਨਡल्ज ਹੁੰਦੇ ਹੋ ਤੁਹਾਨੂੰ এনवायरमेंट ਮਿਲਦਾ ਹੈ ਹਾਈਲੀ ਕੁਆਲੀਫਾਈਡ ਟ੍ਰੇਨਰਸ ਮਿਲਦੇ ਨੇ ਤਾਂ ਨੇਚੁਰਲੀ ਹੈ ਤੁਹਾਡੀ ਕਾਬਲੀਅਤ ਇੰਪਰੂਵ ਹੁੰਦੀ ਹੈ ਸੋ ਮੈਂ ਸਾਰੇ ਸਟੂਡੈਂਟਸ ਨੂੰ ਕਹਾਂਗਾ ਕਿ ਜਿਹੜੇ ਚਾਰ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਇੱਕ ਤਾਂ ਤੁਸੀਂ ਮਿਸ ਰਿਪਰੈਜ਼ੈਂਟ ਤੋਂ ਬਚਣਾ 6 ਤੋਂ 9 ਬੈਂਡ ਵਾਲੀ ਗਰੰਟੀ ਤੋਂ ਬਚਣਾ ਹੈ ਸੈਕਿੰਡ ਏਰੀਆ ਦਾ ਸਭ ਤੋਂ ਵਧੀਆ ਇੰਸਟੀਚਿਊਟ ਦੇਖੋ ਵਧੀਆ ਸਾਰੇ ਹੀ ਨੇ ਆਮ ਨਾਟ ਸੇਇੰਗ ਰੋਂਗ ਟੂ ਐਨੀਵਨ ਬਟ ਇਹ ਮਾਰਕੀਟਿੰਗ ਟ੍ਰਿਕਸ ਨੇ ਤੀਸਰਾ ਜਿਹੜਾ ਆਪਾਂ ਦੱਸਿਆ ਹੈ ਪੇਪਰ ਲੀਕ ਹੋਣ ਦਾ ਕੋਈ ਵੀ ਇੰਸਟੀਟਿਊਟ ਆਈ.ਡੀ.ਪੀ ਦਾ ਪੇਪਰ ਲੀਕ ਨਹੀਂ ਕਰ ਸਕਦਾ ਉਹ ਸਿਰਫ ਤੁਹਾਡੇ ਤੋਂ ਪੈਸੇ ਬਣਾ ਰਹੇ ਨੇ ਹੋਰ ਕੁਝ ਵੀ ਨਹੀਂ ਹੈ ਫੋਰਥ ਐਜੂਕੇਸ਼ਨਲ এনवायरमेंट ਹੋਣਾ ਚਾਹੀਦਾ ਉਸ ਇੰਸਟੀਟਿਊਟ ਦੇ ਟ੍ਰੇਨਰ ਹਾਈਲੀ ਕੁਆਲੀਫਾਈਡ ਹੋਣ ਆਨਰ ਵੀ ਹਾਈਲੀ ਕੁਆਲੀਫਾਈਡ ਹੋਣ ਸੋ ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਤਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਆਪਣੇ ਫਰੈਂਡ ਸਰਕਲਸ ਨਾਲ ਸ਼ੇਅਰ ਕਰੋ ਸਟੇਟਸ ਤੇ ਸ਼ੇਅਰ ਕਰੋ ਤਾਂ ਕਿ ਬਖਤਵਾਦੇ ਅਵੇਅਰਨੈਸ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਦਾ ਆਇਲ ਸੈਂਸ ਇੰਸਟੀਚਿਊਟ ਦੀ ਤੁਹਾਨੂੰ ਚੋਣ ਕਰਨੀ ਚਾਹੀਦੀ ਹੈ ਫੋਰ ਮੋਰ ਇਨਫੋਰਮੇਸ਼ਨ ਯੂ ਕੈਨ ਕੰਟੈਕਟ ਅਸ ਐਟ 7973160270 ਤੁਸੀਂ ਵੈਨਿਊਰ ਇੰਗਲਿਸ਼ ਤੇ ਆ ਕੇ ਮੈਨੂੰ ਮਿਲ ਵੀ ਸਕਦੇ ਹੋ ਲਵਪ੍ਰੀਤ ਵਰਮਾ ਫਾਊਂਡਰ ਵੈਨਿਊਰ ਇੰਗਲਿਸ਼ ਚੱਕਰਾਉਂ ਥੈਂਕ ਯੂ